ਜਦੋਂ ਵੀ ਤੁਸੀਂ ਕੋਈ ਪੰਜਾਬ ਦਾ ਮੁੱਦੇ ਦੀ ਗੱਲ ਕਰਦੇ ਹੋ ਤਾਂ ਕਾਫੀ ਲੋਕ ਤੁਹਾਡੇ ਖਿਲਾਫ ਬੋਲਦੇ ਆ, ਬੇਸ਼ੱਕ ਉਹ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ, ਬੇਸ਼ੱਕ ਹੋਰ ਕੋਈ ਮੁੱਦੇ ਹੋਣ, ਕਹਿੰਦੇ ਕੱਲਾ ਲੱਖੇ ਨੂੰ ਕਿਉਂ ਮੁੱਦੇ ਦੱਸਦੇ ਨੇ? ਉਹ ਸਾਡੇ ਵਾਲੇ ਲੋਕ ਆ, ਜਿੰਨਾ ਚਿਰ ਬੰਦਾ ਜਾਉਂਦਾ ਹੁੰਦਾ ਉਹਨੂੰ ਏਜੰਸੀਆਂ ਦਾ ਬੰਦਾ, ਇਹ ਸਟੇਟ ਦਾ ਬੰਦਾ, ਇਹ ਫਲਾਣੇ ਦਾ ਬੰਦਾ, ਇਹ ਗੈਂਗਸਟਰ ਆ, ਇਹ ਫਲਾਣੇ ਨੂੰ ਮਾਰਦਾ, ਧਮਕੇ ਨੂੰ ਮਾਰਤਾ, ਜੇ ਉਹ ਬੰਦਾ ਮਾੜਾ, ਇਹ ਮੇਰੇ ਖਿਲਾਫ ਵੀ ਇਹ ਪ੍ਰੋਪਾਗੈਂਡਾ ਹੋ ਰਿਹਾ ਨਾ। ਜਿੱਦੇ ਮੇਰੇ ਵਰਗਾ ਤੁਰ ਗਿਆ ਉਦੇ ਅਸੀਂ ਕਹਿੰਦੇ ਉਹਨੇ ਇਹ ਬੰਦਾ ਕਮਾ ਲਿਆ। ਕੋਈ ਕੋਈ ਬੰਦਾ ਕਿਉਂ ਨਹੀਂ ਬੋਲਦਾ? ਜੇ ਮੈਂ ਲੀਡਰਾਂ ਦੀ ਗੱਲ ਕਰਾਂ, ਬਹੁਤ ਪੰਜਾਬੀ ਭਾਸ਼ਾ 'ਤੇ, ਪੰਜਾਬੀ ਸੱਭਿਆਚਾਰ 'ਤੇ ਬੋਲਦੇ ਨੇ, ਇਹੋ ਜਿਹੇ ਮੁੱਦੇ 'ਤੇ ਕਿਉਂ ਨਹੀਂ ਬੋਲਦੇ? ਐਸ ਜੀ ਪੀ ਦੇ ਸਕੂਲਾਂ 'ਚ ਪੰਜਾਬੀ ਬੋਲਣ 'ਤੇ ਪਾਬੰਦੀ ਹੈ, ਅਕੈਡਮੀਆਂ ਜਿਹੜੀਆਂ ਕਾਰ ਅਕੈਡਮੀਆਂ ਬਹੁਤੀਆਂ ਅਕੈਡਮੀਆਂ ਦੇ ਵਿੱਚ ਜਿਹਨਾਂ ਦੇ ਪ੍ਰਬੰਧਕ ਮਾਲਕ ਗੁਰਸਿੱਖ ਬੰਦੇ ਨੇ, ਉੱਥੇ ਪੰਜਾਬੀ ਦੇ ਪਾਬੰਦੀਆਂ ਲਾਈ ਬੈਠੇ ਹੈ। ਸਕੂਲ ਦਾ ਨਾਮ ਦਸ਼ਮੇਸ਼ ਪਬਲਿਕ ਸਕੂਲ ਹੈ, ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਹੈ, ਪੰਜਾਬੀ ਬੋਲਣ 'ਤੇ ਪਾਬੰਦੀ ਹੈ। ਅੱਜ ਭਗਵੰਤ ਸਿੰਘ ਸਤੌਲ ਪਿੰਡ 'ਚ ਜੰਮਿਆ, ਉਹਨੂੰ ਦੁਨੀਆ ਦੇ ਉੱਤੇ ਭਗਵੰਤ ਮਾਨ ਕਿਹਨੇ ਬਣਾਇਆ? ਉਸੇ ਬੋਲੀ ਦੀ ਬਦੌਲਤ ਉਹ ਮਸ਼ਹੂਰ ਹੋਇਆ, ਉਸੇ ਬੋਲੀ ਦੀ ਬਦੌਲਤ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ। ਉਹ ਕੀ ਕਰ ਰਿਹਾ? ਕਿੱਥੇ ਉਹਦੇ ਭਾਸ਼ਾ ਵਿਭਾਗ, ਕਿੱਥੇ ਉਹਦੇ DO? ਫੇਸਬੁੱਕ 'ਤੇ ਉੱਠ ਕੇ ਬੈਠ ਕੇ ਬੋਲ ਕੇ ਮੈਂ ਕਹਿੰਦਾ ਲੱਖਾਂ ਨਹੀਂ ਜਾਂਦਾ ਸਕੂਲ, ਤੁਸੀਂ ਵਗ ਜਾਓ। ਇਹ ਕੰਮ ਤਾਂ ਸਰਕਾਰਾਂ ਦਾ ਹੈ, ਇਹ ਕੰਮ ਤਾਂ ਸ਼੍ਰੋਮਣੀ ਕਮੇਟੀ ਦਾ ਹੈ, ਇਹ ਕੰਮ ਤਾਂ ਜਿਹੜੀਆਂ ਸਾਡੇ ਮਾਂ ਬੋਲੀ ਦੇ ਨਾਂ ਦੇ ਉੱਤੇ ਕਿੰਨੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹਨਾਂ ਦਾ ਕੰਮ ਹੈ। ਮੈਂ ਉੱਥੇ ਜਾ ਕੇ ਹੱਥ ਪਾਇਆ ਅਗਲਿਆਂ ਨੂੰ, ਅਗਲਿਆਂ ਦੀਆਂ ਨਾਗਪੁਰ ਤਾਰਾਂ ਖੜਕੀਆਂ, ਨਾਲ ਦੀ ਨਾਲ ਵਿਚਾਰਾਂ, ਮੀਟਿੰਗਾਂ, ਸਾਰੇ ਏਜੰਡੇ ਵੀ ਉਹਨੂੰ ਘੇਰਨਾ ਕਿਵੇਂ ਹੈ ਕਿ ਜਿੱਥੇ ਪੰਗਾ ਨਾ, ਇਹ ਜਾਂ ਕੱਲ੍ਹ ਨੂੰ ਮਰਵਾਇਆ ਜਾਊਂਗਾ, ਜਾਂ ਕਿਸੇ ਝੂਠੇ ਮੂਠੇ ਮੁਕੱਦਮੇ 'ਚ ਫਲਾਨੀ ਏਜੰਸੀ ਨੇ ਲੱਖਾਂ ਫੜ ਲਿਆ ਜੀ, ਫਲਾਨੀ ਫਲਾਣੇ ਨਾਲ ਜੋੜਤਾ ਲੱਖਾਂ, ਧਮਕੀਆਂ ਜਿਵੇਂ ਪਹਿਲਾਂ ਜੋੜਦੇ ਕਰਦੇ ਆ, ਜੋੜਤਾ ਜੀ ਅਤੇ ਲੱਖਾਂ ਚੱਕ ਜੀ। ਉਸ ਕਹਿੰਦੇ ਆ ਵਿਰੋਧੀ, ਕਹਿੰਦੇ ਲੱਖੀ ਦੀ ਦੇਣ ਕੀ ਹੈ? ਜਾਊਂਗਾ ਕੁਛ ਪੰਜਾਬ ਲਈ ਕਰਕੇ ਜਾਊਂਗਾ, ਕੱਲ੍ਹ ਨੂੰ ਮਰ ਜਾਂ, ਪਰਸੋਂ ਮਰ ਜਾਂ, ਭਾਵੇਂ 20 ਸਾਲ ਜਾਂਦਾ ਰਹਾਂ, 30 ਸਾਲ ਜਾਂਦਾ ਰਹਾਂ, ਜਾਣਾ ਕੁਛ ਕਰਕੇ ਆ। ਨਾ ਸਾਲੇ ਕਿਸੇ ਦੇ ਥੱਲੇ ਲੱਗਣਾ, ਨਾ ਚੱਪਲਾਂ ਚੱਕਣੀਆਂ ਕਿਸੇ ਦੀਆਂ, ਨਾ ਕਿਸੇ ਦੀ ਈਨ ਮੰਨਣੀ ਆ, ਠੀਕ ਹੈ? ਮੈਂ ਲੋਕਾਂ ਨੂੰ ਕਹਿਣਾ ਹਮੇਸ਼ਾ ਵੀ ਮੇਰੀਆਂ ਗੱਲਾਂ 'ਤੇ ਅਮਲ ਕਰ ਲਿਓ, ਲੱਖਾ ਕੀ ਆ ਸ਼ਰ। ਲੱਖੇ ਦੇ ਖਰਚੇ ਕਿੱਥੋਂ ਚੱਲਦੇ? ਲੱਖੇ ਕੋਲ ਵੱਡੀ ਗੱਡੀ ਹੈ, ਲੱਖਾ ਗਨਮੈਨ ਰੱਖਦਾ, ਪ੍ਰਾਈਵੇਟ ਗਨਮੈਨ ਵੀ ਲੈ ਕੇ ਜਾਂਦਾ, ਲੱਖਾ ਇੰਨੇ ਖਰਚੇ ਕਿੱਥੋਂ ਪੂਰੇ ਕਰਦੇ? ਤੁਹਾਡੇ ਵਿਰੋਧੀ ਵੀ ਕਹਿੰਦੇ ਕਿ ਲੱਖੇ ਦੇ ਜਵਾਕ CBSE 'ਚ ਪੜ੍ਹਦੇ, 10ਵੀਂ 10ਵੀਂ 'ਚ ਪੜ੍ਹਦੇ ਜਵਾਕਾਂ ਨੂੰ ਉਡਾਰਾ ਨਹੀਂ ਲਿਖਣਾ ਆਉਂਦਾ, ਆਪਣਾ ਪਿੰਡਾਂ ਦੇ ਨਾਂ ਨਹੀਂ ਪੰਜਾਬੀ 'ਚ ਲਿਖਣੇ ਆਉਂਦੇ, ਅਤੇ ਮੇਰੇ ਜਵਾਕ ਨੂੰ ਤੁਹਾਨੂੰ ਮੈਂ ਬਿਠਾ ਦੂੰ ਸਾਹਮਣੇ, ਤੁਸੀਂ ਆਪੇ ਪੁੱਛ ਲਿਓ ਵੀ ਉਡਾਰਾ ਆਉਂਦਾ, ਤੁਹਾਨੂੰ ਲਿਖ ਕੇ ਦਿਖਾਊ ਕਿ ਨਹੀਂ ਦਿਖਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਾਜ TV ਦੇਖ ਰਹੇ ਹੋ, ਮੈਂ ਹਾਂ ਪਰਮਿੰਦਰ ਸਿੰਘ ਸਿੱਧੂ। ਸਪੈਸ਼ਲ ਪ੍ਰੋਗਰਾਮ ਸਿੱਧੇ ਸਵਾਲਾਂ ਦੇ ਵਿੱਚ ਅੱਜ ਮੇਰੇ ਨਾਲ ਲੱਖਾ ਸਿਧਾਣਾ ਨੇ, ਲੱਖੇ ਸਿਧਾਣੇ ਨਾਲ ਗੱਲਬਾਤ ਕਰਾਂਗੇ। ਜਦੋਂ ਵੀ ਲੱਖਾ ਕੋਈ ਵੀ ਮੁੱਦਾ ਚੱਕਦਾ ਤਾਂ ਹਮੇਸ਼ਾ ਉਹਦੇ ਖਿਲਾਫ ਬਹੁਤ ਲੋਕ ਬੋਲਦੇ ਨੇ, ਕਿਉਂ ਬੋਲਦੇ ਨੇ? ਲੱਖੇ ਤੋਂ ਲਵਾਂਗੇ ਜਵਾਬ। ਲੱਖੇ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਬਾਈ ਜੀ। ਸਾਨੂੰ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਪਿਛਲੇ ਦਿਨੀ ਮੈਂ ਵੇਖਣਾ, ਜਦੋਂ ਵੀ ਤੁਸੀਂ ਕੋਈ ਪੰਜਾਬ ਦਾ ਮੁੱਦੇ ਦੀ ਗੱਲ ਕਰਦੇ ਹੋ ਤਾਂ ਕਾਫੀ ਲੋਕ ਤੁਹਾਡੇ ਖਿਲਾਫ ਬੋਲਦੇ, ਬੇਸ਼ੱਕ ਉਹ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ, ਬੇਸ਼ੱਕ ਹੋਰ ਕੋਈ ਮੁੱਦੇ ਹੋਣ, ਕਹਿੰਦੇ ਕੱਲਾ ਲੱਖੇ ਨੂੰ ਕਿਉਂ ਮੁੱਦੇ ਦੱਸਦੇ ਨੇ ਉਹ? ਅੱਛਾ, ਗੱਲ ਇਹ ਲੱਖੇ ਨੂੰ ਮੁੱਦੇ ਕਿਉਂ ਦੇਖਦੇ ਆ, ਇਹ ਸਵਾਲ ਹੈ, ਦੇਖਦੇ ਸਭ ਨੂੰ ਹੈ। ਪਰ ਮੈਂ ਇੱਕ ਗੱਲ ਤੁਹਾਨੂੰ ਪਰਮਿੰਦਰ ਸਾਫ਼ ਕਹਿ ਦਿੰਦਾ ਕਿ ਮੈਂ ਕੋਈ ਆਪਣੀ ਆਤਮਾ 'ਤੇ ਬੋਝ ਲੈ ਕੇ ਨਹੀਂ ਮਰਨਾ ਚਾਹੁੰਦਾ। ਜਦੋਂ ਮੈਂ ਜਾਵਾਂ ਅਤੇ ਮੈਨੂੰ ਅਖੀਰਲੇ ਸਾਹਾਂ 'ਤੇ ਪਿਆ ਹੋਵਾਂ ਕਿਤੇ, ਅਤੇ ਮੈਨੂੰ ਲੱਗੇ ਕਿ ਲੱਖਾ ਸਿੰਘ ਤੁਹਾਨੂੰ ਪਤਾ ਸੀ ਤੂੰ ਕੁਛ ਕਰ ਸਕਦਾ ਸੀ, ਲੜ ਸਕਦਾ ਸੀ, ਤੇਰੀ ਮਾਂ ਬੋਲੀ ਮਾਰੀ ਜਾ ਰਹੀ ਸੀ, ਤੇਰੀ ਮਾਂ ਧਰਤੀ ਮਾਰੀ ਜਾ ਰਹੀ ਸੀ, ਤੇਰੇ ਪੰਜਾਬ ਨੂੰ, ਤੇਰੀ ਹੋਂਦ ਨੂੰ, ਹਸਤੀ ਨੂੰ, ਤੇਰੀ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ ਸੀ, ਤੂੰ ਚੁੱਪ ਕਰਕੇ ਘੇਸਲ ਮਾਰ ਕੇ ਬੈਠਾ ਰਿਹਾ, ਚੁੱਪ ਰਿਹਾ, ਨਿੱਜ ਨਾਲ ਜੁੜ ਕੇ, ਲਾਲਚ ਨਾਲ ਜੁੜ ਕੇ, ਮੌਤ ਤੋਂ ਵੀ ਡਰਦਾ ਰਿਹਾ, ਜੇਲ੍ਹਾਂ ਤੋਂ ਵੀ ਡਰਦਾ ਰਿਹਾ, ਆਹ ਨਾ ਹੋ ਜੇ, ਉਹ ਨਾ ਹੋ ਜੇ, ਉਹ ਮੈਂ ਨਹੀਂ ਕਰਨਾ ਚਾਹੁੰਦਾ। ਜਿੰਨਾ ਚਿਰ ਜਾਊਂਗਾ ਇਸ ਤਰ੍ਹਾਂ ਹੀ ਜਾਊਂਗਾ, ਇਹ ਮੈਨੂੰ ਪਤਾ ਹੈ ਕਿ ਜਿੱਥੇ ਮੇਰਾ ਪੰਗਾ ਹੈ ਪਰਮਿੰਦਰ ਸਿੰਘ, ਇਹ ਜਾਂ ਕਦੇ ਗੋਲੀਆਂ ਮਰਵਾਉਣਗੇ ਅਤੇ ਜਾਂ ਕਦੇ ਜੇਲ੍ਹ ਸਿੱਟਣਗੇ। ਕਿਉਂਕਿ ਉਹ ਵਿਚਾਰਧਾਰਾ, ਜਿਹੜੀ ਵਿਚਾਰਧਾਰਾ ਸਾਰੇ ਕੁਛ ਨੂੰ ਰਲਗੱਡ ਕਰ ਦੇਣਾ ਚਾਹੁੰਦੀ ਹੈ, ਸਾਰੀਆਂ ਇੱਥੇ ਜਿਹੜੀਆਂ ਵੰਨ ਸਵੰਨੀਆਂ ਕੌਮਾਂ ਨੇ, ਉਹਨਾਂ ਦੀਆਂ ਆਪਣੀਆਂ ਸੱਭਿਅਤਾਵਾਂ ਨੇ, ਉਹਨਾਂ ਦੀਆਂ ਆਪਣੀਆਂ ਵਿਰਾਸਤਾਂ ਨੇ, ਉਹਨਾਂ ਦੀਆਂ ਆਪਣੀਆਂ ਬੋਲੀਆਂ ਨੇ, ਉਹਨਾਂ ਦਾ ਆਪਣਾ ਇਤਿਹਾਸ ਹੈ, ਇਹ ਉਹ RSS ਦੀ ਵਿਚਾਰਧਾਰਾ ਜਿਹੜੀ ਸਭ ਕੁਛ ਨੂੰ ਇਹ ਖਤਮ ਕਰ ਦੇਣਾ ਚਾਹੁੰਦੀ ਹੈ। ਤੁਹਾਨੂੰ ਪਤਾ ਕਿੰਨੇ ਕੁ ਤਾਕਤਵਰ ਹੋਣਗੇ, ਹਰ ਥਾਂ ਇਹਨਾਂ ਨੇ ਆਪਣੇ ਬੰਦੇ ਫਿੱਟ ਕੀਤੇ ਹੋਏ ਨੇ। ਤੁਸੀਂ ਇਹ ਦੇਖੋ, ਇਹ ਗੱਲ ਛੋਟੀ ਗੱਲ ਨਹੀਂ ਹੈਗੀ, ਨਾਗਪੁਰ ਤੱਕ ਇਹਨਾਂ ਦੀਆਂ ਤਾਰਾਂ ਖੜਕੀਆਂ ਨੇ, ਇਹਨਾਂ ਨੇ ਲਗਾਤਾਰ ਮੀਟਿੰਗਾਂ ਲਗਾਤਾਰ, ਉਸ ਤੋਂ ਬਾਅਦ ਵਿਚਾਰ ਚਰਚਾ ਕਿ ਬੰਦੇ ਨੂੰ ਘੇਰਨਾ ਕਿਵੇਂ ਆ,
मैं तो कहा ना भी आने वाले हो सकता समय से मैंने कदम मरवा के कि गैंगवार के खाते च पा देना, हो सकता मैनू कोई एजेंसियां जी उसिया तो फड़वा देना भी यह बंदा माड़ा जी इधर करता जी उधर करता, पर देखते ना भी किमें करते हैं, किमें सारिया तिकड़मबाजियां खेडते हैं, किमें प्रापे गंडे सारा यह माहौल तैयार करते हैं। तुम देखो सोचने वाली गल है परमिंदर, मैं तुम्हें खबर दसदा, खबर का सिरलेख तुम देखो की आ, यह पंजाबी जागरण की खबर आ, पंजाबी जागरण की खबर है। तो पंजाबी जागरण की खबर के मन के चलो भी तुम जो उपरला सिरलेख लगता है कि लाल किले की हिंसा का आरोपी लखा सिंह सधाणा पुलिस वालों गिरफ्तार, यह सिरलेख है उसकी खबर का। नहीं पढ़ी थी, पढ़ी है ना भी जाने ये पंजाबी जागरण अखबार आ भी किमें एक प्रापेगंडा एक माहौल किसी बंदे जो घेरना। देखो की होंदा जदों एक बंदा अपने लोगों की अपनी धरती अपनी बोली अपनी सभ्यता की लड़ाई लड़ रहा होंदा ना, वो लोगों च भी हरमन प्यारा होंदा, वो लोग उहदा साथ दिंदे होंदे आ, लोगों के विचों किमें अलग थलग करना, लोगों के विचों किमें उहनूं नखेड़ना जां लोगों के विचों उहदा किमें विरोध पैदा करना, इहदे लई पहलां एक माहौल पैदा किया जाता। जिवें मेरे खिलाफ़ भी बहुत बंदे ये गैंगस्टर है जी, ये गैंगस्टर रहा जी, इन्हें फलाना मारता जी, फलाना मरवाता, ये वो सारा कहते हैं विरोधी कहते लखी देन की है। मैं उही गल करदा ना भी एक तरह का माहौल जिहड़ियां एजेंसियां ने इस मुल्क दियां वो अपने बंदियां राही एक माहौल तैयार करदियां ने उस बंदे दे खिलाफ़ प्रचार तैयार करदियां ने ताकि लोगों के कल लोग हमदर्दी भी ना मिले तो कल नूं जदों नूं फड़ना कि जेल सिटना जां नूं मारना मरवाउणा है उदों लोग ना उठ के सड़कां ते आउण। ये पहला भी अपने बंदे नाल ऐं हुंदा आ, होना भी ऐं है, वो साडे वाले लोग जिन्ना चिर बंदा जाउंदा हुंदा उहनूं एजेंसियां दा बंदा है, ये स्टेट दा बंदा है, ये फलाने दा बंदा है, ये गैंगस्टर आ, ये फलाने नूं मारदा, धमके नूं मारता, ये वो बंदा माड़ा, ये मेरे खिलाफ़ भी ये प्रोपेगेंडा हो रहा ना, जिद्दे मेरे वर्गा तुर गया उद्दे ही कहने उन्हें ही बंदा कमा लिया। ये माहौल एजेंसियां पैदा करदे। हुण ध्यान नाल सोचण वाली गल आ परमिंदर, बोली बहुत अहम ते संजीदा मुद्दा ने, बोली नूं लैके मैं ये पहला भी गल कही, मैं फिर कह देना भी सोडा लखे ना लख मतभेद हो सकते, विरोध हो सकता है। सियासी तौर पर मेरे बादल भी विरोधी ने, बादलों नाल जिन्हें जुड़े हुए लोग ने मेरे विरोधी होणगे, कांग्रेस भी मेरी विरोधी है, उन्होंने जुड़े हुए लोग विरोधी ने, आम आदमी पार्टी का भी मैं विरोधी हाँ सियासी तौर पर, उन्होंने नीतियां का जो पंजाब मारू नीतियां ने, जो गदारियां जो धोखे उन्होंने पंजाब नाल कीते उन्होंने कर रहे हैं, मैं उन्होंने विरोधी हाँ बोलता भी हाँ, मैं वो सारिया धिर जिहड़ियां उन्होंने खड़े हुए लोग ने वो तो मेरे विरोधी ने। मैं उन्होंने भी कहना बहुत समय आने तो लखे का विरोध कर लियो, मैं कहना गाला कढ़ लो लखे, पर यार ये तो सोडी भी माँ यार, ये सोडी ही माँ, ये तो सोडी होन का सवाल है, जो बोली ना जाती रही तुम कि जाते रहना, फिर आप किसी नहीं रहना इतने। तो इस करके जी गल हो रही है। दूजी गल तुम कहा कि लखे खिलाफ लोग बोलते हैं, मैं भी देख रहे हैं बोल रहे हैं, असले की होंदा ना ये समझण की लोड़ है। आप आम तौर पर जो लोगों के स्थापित होना होंगे ना ये वो लोग ने, यह स्लीपर सैल ने सरकार के स्टेट के एजेंसियों के गुप्त तरीके काम करते हैं, ये गल्ला ऐसिया गल्ला करेंगे बैठ के पंजाब के अंदर, लोगों लगन लगेगा कि पंजाब हतैशी ने, पंजाब का बहुत बड़ा दर्द रखते हैं, पंजाब पक्षी गल्ला करते हैं, एक तरह का माहौल एक तरह का औरा ये बना लेंगे है समाज के अंदर, पंजाब के अंदर, लोगों के अंदर, लोगों लगन लग जाता एक बार भी हाँ यार ये बंदा बहुत कमाल दा सच्चियां गल्लां करदा है। पर हुंदे स्टेट दे एजेंसियां दे उन्हां दे सैल ने, उन्हां दे बंदे ने, जदों ही कोई बंदा आ के इत्थे पंजाब पक्षी गल करदा है आप इन्हां ने करना कुछ नहीं, आप कमरां च बैठे प्रवचन दित्ते चुप है, ना लड़ाई लड़नी है ना लड़न देनी है। जिहड़े बंदे ग्राउंड ते आ के लड़दे ने, लोगों इकट्ठे करते हैं, संघर्ष करते हैं, ये उदे ही नाल दी नाल सरकार जो उपरों इशारा दिंदियां एजेंसियां नाल दी नाल ये एक्टिव हो जाते हैं। ये मेरे नाल नहीं वापरिया, यह इदू पहला जिन्ने भी बंदे आए, दीप सिद्धू आया, मूसेवाला आया, जिन्ने बंदे आए, अमृतपाल आया, सारे बंदे के खिलाफ एक प्रापेगंडा चलिया कि नहीं चलिया? जदों बंदे चले गए कोई मर गया मरवा दिता गया एजेंसियों द्वारा स्टेट द्वारा, कुछ बंदे मरवा दिते गए, कुछ जेल सट दिते गए, उदू बाद बंदे कित्थे चुप हो गए, अज इन्हां नूं पंजाब दे मुद्दे नहीं दिखते। मैं कहना लखा इन्हां दे नाल आ, लखा नाल तुर पूगा, लखा घरे बह जूगा, कुछ करो तो सही, कल्लियां आपां उत्थे फेसबुक के उठ के बैठ के बोल के ज मैं कहना लखा नहीं जाता स्कूल, तुसीं वग जाओ, ये कम तो सरकारां दा है, ये कम श्रोमणी कमेटी का है, ये कम तो जिहड़ियां साडे मां बोली के नां दे उत्ते कितनियां संस्थावां बनिया हुई ने,
जवाक बोले कौन सी मैं सिखाया उसे मामा आके पिट्टियां बिलकियां भी साढ़े बच्चे की पग लाती साढ़े बच्चे पंजाबी नहीं बोलन देंगे मैं बोलांगा मैं तो फड़ दे उदू बाद आईया ने बेचारियां वो एस जी पी से गल की इस विषय मैं कहना एस जी पी सी का बयान आया परसों वो जी पंजाबी पढ़ाओ जी पंजाबी ऐ करो जी गोंगलों मिट्टी झाड़न वाली गल है एस जी पी के स्कूलों पंजाबी बोलने की पाबंदी है अकैडमिया जी कार अकैडमिया बहुत अकैडमिया जिन्हों के प्रबंधक मालक गुरसिख बंदे ने उबी के पाबंदियां लाई बैठे है स्कूल का नाम दशमेश पब्लिक स्कूल है स्कूल का ना गुरु नानक पब्लिक स्कूल है पंजाबी बोलने की पाबंदी है की करो आवा ही उत्या पे इतने सो मैं जी गल करता जी ना भी देखो ये जो बंदे ने मैं उन्होंने गल कर बार बार क्यों करना यह समझने की लड़ होंगी जदों जदों भी इतने ये मैं नहीं कला कोई होर भी इतने उठन गए पंजाब के नौजवान जो पंजाब की गल करे इन्होंने हमेशा वो लोग ने याद रखो जो हम बोलने वो लोग ने जोड़े हमेशा पंजाब के खिलाफ ही भुगतते हैं तो खिलाफ ही भुगतन गए पर लोगों जिन्होंने एक अपनी छे बना ली लोगों ने एक अपनी पैंठ बना ली कि हाँ यार असी पंजाब पक्षी हैं बंदे स्टेट के ने बंदे सरकार के ने तुम ये देखो ये मेरे खिलाफ माहौल सृजन दे लगे हुए आ मेरा तो पंगा आर एस एस नाल पिया आर एस एस की आर एस एस का मैं तो हैरान हाँ साढ़े लोगों मैं पूछता भी आर एस एस बारे पता क्या ना पता नहीं हद हो गई यार 1925 के होंद चाउण वाली आर एस एस श्रोमणी कमेटी तो 5 साल बाद 100 साल के करीब हो चलिया आर एस एस में उन्होंने अपन जड़ा इतों तक फैला लिया वो साढ़े चुल्हे तक पहुँच गए साढ़े घर तक पहुँच गए गुरद्वार पहुँच गए श्रोमणी कमेटी पहुँच गए हर अदारे हर महकमे चो आके बैठ गए इतों तक उन्होंने अपना प्रचार प्रापेगंडा चला लिया अभी चुप सानू ए भी नहीं पता कि आर एस एस है की है गांह की आइडियोलॉजी की है वो विचारधारा की है काम करने के तरीके की तो बहुत दूर दी गल्लां ने अगलिया ने मैं उ जाके हथ पाया अगलियां अगलिया दिन नागपुर तारा खड़कियां नाल दी नाल बचारा मीटिंगा सारे एजेंडे भी उन्हें घेरना किवें है कि हो मैं यही यही देखो मैनू पता कि जिथे पंगा है ना ये जां कल नू मरवाया जाऊंगा जां कहे झूठे मूठे मुकदमे च फलानी एजेंसी ने लखा फड़ लिया जी फलानी फलाने ना जोड़ता लखा धिमकियां जिवें पहला जोड़दे करदे आ जोड़ता जी ते लखा चक्के जेल सिरता वो कदे बर्दाश्त नहीं करनगे जिहड़े बंदे लगातार 100 साल तो लगे हुए आ इह कम दे उत्ते अपनिया सारिया वो कोई चाहते हैं पूरे देश के अंदर एक बोली कर दौ जी इतने बन संबंधता खत्म कर दौ बख बख धर्म मजहबा के लोग बोलियां के लोग बख बख अपने इतिहास ने उन्होंने वो सारा कुछ खत्म कर देना चाहते हैं ये आइडियोलॉजी है वो विचारधारा की आर एस एस की जी है साढ़े इत हम कई यह एक मैं फोन आया कहना बई तू बिना गल तो रौला पाना मेरा भी जवाक पढ़ता वह बई उ गुरु नानक देव की फोटो भी है वो मैं क्या भले हो इन्ना करनगी ना सीधा थोड़ी है ये तुम्हें मैं दसदा सीधे टकराव च कदे नहीं पेंदे सीधे टकराव जो भी पेंदे पिछे हट जाएंगे हुण तुसीं मेरी गल सुनो बहुत सवाल उठे मेरे जहन च भी सवाल आए मैं क्या लखा सिंह तुहानूं फड़ लिया सी छड्डण दा कारण की होना मैंने जो फड़िया मैं क्या इन्नी फोर्स ला के फड़िया मैं उदो मैंने गल मेरे दिमाग च बजी मैं क्या पुराने परचे खोली बैठे तो मेरे गिरफ्तारी किसी परचे च पा देंगे जो कोई नवा मढ़ देंगे पर कारण देखो एक तो लोक रोह बनया बोली की गल है बोली ना हर एक बंदा जोड़ा मैं ये हमेशा गल कहना हिंदू सिख मुसलमान की बोली है सांझी है मैं कदे बोली नू खास किसी धर्म या फिरके नाल नहीं जोड़िया एक तो ये गल इन्हें लगी कि बोली का कहते बोली युद्ध ना शुरू हो जाए पंजाब च क्योंकि तामिल वाले लड़ रहे ने ना बंगाली लड़ रहे ने मराठे लड़ रहे ने अपनी बोली लैके भी पंजाब दे विच भी कदे ये पंगा ना पै जाए भी जो लखा अंदर वो गल ने धुखना मैनू यह भी लगता भी ये काम नू रोकण लई ये उस टकराव च नहीं गए भी एक बार इन्हू कोई गल मसले हल करो लखा दोबारे किसी झूठे मूठे मुकदमे जी कोई एजेंसियां की रेड़ करा के होर करा के लखे नू घेर लाँगे फड़ लाँगे यह तो ब्यौंता इन्हां दीआं हो गईआं होणगीआं पर यह समझना साडे लोगों ने है कि तुसीं जाउंदे जी मेरी गल सुननी है कि मेरे जेल जाण तों बाद मेरी गल नू पल्ले बन्नणा कि मैनू मारन तों जदों मरवा दित्ता जाऊंगा उदों गल नू पल्ले बन्नणा भी मैं ये गल कहना मैं थोड़ा कुछ नहीं मंगता सुन लखा चंगा लगू वोट पा दिओ नहीं चंगा लगू कल नू ना वोट पायो पर यार मसला जिथे होण दा खड़ गया आके सोडे वजूद नाल जुड़िया होया मसला सोडी हस्ती मिटा देना चाहते है उत्थे तां समझ जो यार वी की 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 कुछ है मैं हर पंजाबी नूं कहना चाहुंदा कि असल दे विच कौन है हैंडगवार कौन है गोलवालकर कौन है सावरकर इन्हां दी की विचारधारा है की इह कदों दे लगे ये सारे हर पंजाबी नूं पता होना चाहिए पढ़ना चाहिए ये अज दे नहीं
ਇਹ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਇੱਥੇ ਇਨਕਲਾਬ ਦੀ ਗੱਲ ਕੀਤੀ, ਜਾਤ ਪਾਤ ਨੂੰ ਖਤਮ ਕੀਤਾ, ਊਚ ਨੀਚ ਨੂੰ ਖਤਮ ਕੀਤਾ, ਬਰਾਬਰਤਾ ਦੀ ਗੱਲ ਕੀਤੀ, ਪਖੰਡਵਾਦ ਨੂੰ ਖਤਮ ਕੀਤਾ, ਉਹਦੇ ਚੋਟ ਕੀਤੀ, ਇਹ ਉਦੋਂ ਤੋਂ ਹੀ ਮੰਗਰਾ। ਇਹ ਉਸ ਵਿਚਾਰਧਾਰਾ ਦੇ ਵੈਰੀ ਹੈ ਜਿਹੜੀ ਵਿਚਾਰਧਾਰਾ ਇਹਨਾਂ ਨੇ ਸਮੁੱਚੇ ਪਖੰਡਵਾਦ ਨੂੰ ਕੱਟਦੀ ਆ, ਇਹਨਾਂ ਦੇ ਅੜੰਬਰ ਜਿਹੜੇ ਰਚੇ ਹੋਏ ਨੇ ਉਹਨੂੰ ਖਤਮ ਕਰਦੀ ਹੈ। ਇਹ ਉਹ ਵਿਚਾਰਧਾਰਾ ਦੇ ਵੈਰੀ ਹੈ ਕਿ ਕਿਵੇਂ ਉਸ ਵਿਚਾਰਧਾਰਾ ਨੂੰ ਪ੍ਰਫੁੱਲਤ ਹੋਣ ਦੇਣਗੇ। ਜਿਹੜੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਲਾ ਲਈ, ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾ ਲਈ, ਕਰਨ ਕਿਤੇ ਗੱਲ, ਬਿਲਕੁਲ ਉਹ ਵਿਚਾਰਧਾਰਾ ਇਹਨਾਂ ਨੂੰ ਬਿਲਕੁਲ ਉਹਦੇ ਉਲਟਾ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਹੈ, ਜੋ ਗ੍ਰੰਥ ਸਾਹਿਬ ਦਾ ਫਲਸਫਾ ਹੈ, ਉਸ ਇਹਨਾਂ ਦੀ ਵਿਚਾਰਧਾਰਾ ਦੇ ਬਿਲਕੁਲ ਉਲਟਾ ਹੈ। ਕੋਈ ਜਾਤ ਪਾਤ ਵਿੱਚ ਕੋਈ ਊਚ ਨੀਚ ਨਹੀਂ, ਸਭ ਬਰਾਬਰਤਾ ਦੀ ਗੱਲ ਹੁੰਦੀ ਹੈ, ਮਨੁੱਖਤਾ ਦੀ ਭਲਾਈ ਦੀ ਗੱਲ ਹੁੰਦੀ ਹੈ ਨਾ, ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਹਾਂ। ਇਹ ਕਰਦੇ ਆ, ਦਲਿਤਾਂ ਨੂੰ ਮੰਦਰ 'ਚ ਨਹੀਂ ਵੜਨ ਦਿੱਤਾ ਜਾਂਦਾ। ਇੱਕ ਦਲਿਤ ਬੱਚਾ ਸਕੂਲ ਦੇ ਵਿੱਚੋਂ ਕਿਸੇ ਮਾਸਟਰ ਦੇ ਤੌੜੇ 'ਚੋਂ ਪਾਣੀ ਪੀ ਗਿਆ, ਮਾਸਟਰ ਨੇ ਕੁੱਟ ਕੇ ਮਾਰਤਾ, ਮੇਰੇ ਤੌੜੇ ਨੂੰ ਹੱਥ ਕਿਉਂ ਲਾਇਆ? ਹਰ ਹੁਣ ਵੀ ਵਾਪਰ ਰਿਹਾ, ਇਹ ਉਦੋਂ ਹੀ ਵਾਪਰਦਾ ਸੀ। ਸਤੀ ਪ੍ਰਥਾ, ਦਾਸੀ ਪ੍ਰਥਾ, ਕਿੰਨੀਆਂ ਪ੍ਰਥਾਵਾਂ ਸੀਗੀਆਂ ਜਿਹੜੀਆਂ ਚੱਲਦੀਆਂ ਸੀ, ਜਿਹਨੂੰ ਆ ਕੇ ਸਾਡੇ ਗੁਰੂਆਂ ਨੇ ਠੱਲ ਪਾਈ ਵੀ ਨਹੀਂ ਇਹ ਨਹੀਂ ਹੋਣ ਦੇਣਾ। ਸੋ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਅਸਲ ਵਿਚਾਰਧਾਰਾਵਾਂ ਦੀ ਲੜਾਈ ਆ। ਹੁਣ ਲੱਖਾ ਕਹਿੰਦੇ ਆ ਲੱਖਾ ਹਿੰਦੂ ਵਿਰੋਧੀ ਹੈ, ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ ਹਾਂ, ਨਾ ਮੈਂ ਕਿਸੇ ਈਸਾਈ ਧਰਮ ਦਾ ਵਿਰੋਧੀ ਹਾਂ, ਨਾ ਮੈਂ ਕਿਸੇ ਮੁਸਲਮਾਨ ਧਰਮ ਦਾ ਵਿਰੋਧੀ ਹਾਂ, ਨਾ ਮੈਂ ਕਿਸੇ ਹਿੰਦੂ ਧਰਮ ਦਾ ਵਿਰੋਧੀ ਹਾਂ, ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ ਹਾਂ। ਮੈਂ ਉਹ ਕੱਟੜਪੁਣੇ ਦਾ ਵਿਰੋਧੀ ਹਾਂ ਜਿਹੜਾ ਜਿਹੜੇ ਵੀ ਧਰਮ ਦੇ ਲੋਕ ਨੇ ਜਿਹੜੀ ਵਿਚਾਰਧਾਰਾ ਕਿਸੇ ਦੂਜਿਆਂ ਨੂੰ ਖਤਮ ਹੀ ਕਰ ਦੇਣਾ ਚਾਹੁੰਦੀ ਹੈ। ਇੱਥੇ ਮਨੁੱਖਤਾ ਨੂੰ, ਸਭ ਨੂੰ ਪਰਮਾਤਮਾ ਨੇ, ਉਹ ਕੁਦਰਤ ਨੇ, ਕਾਦਰ ਨੇ, ਸਭ ਨੂੰ ਬਰਾਬਰ। ਹੋਰ ਕੋਈ ਬੰਦਾ ਕਿਉਂ ਨਹੀਂ ਬੋਲਦਾ? ਜੇ ਮੈਂ ਲੀਡਰਾਂ ਦੀ ਗੱਲ ਕਰਾਂ, ਬਹੁਤ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਤੇ ਬੋਲਦੇ ਨੇ, ਇਹ ਜਿਹੇ ਮੁੱਦੇ ਤੇ ਕਿਉਂ ਨਹੀਂ ਬੋਲਦੇ? ਬਈ ਗੱਲ ਉੱਥੇ ਆ ਗਈ, ਉਹ ਆ ਜਾਂਦੀ ਹੈ ਪ੍ਰਬੰਧਕ ਮੁੜ ਕੇ, ਕਲਾਕਾਰਾਂ ਦਾ ਫਰਜ਼ ਹੈ ਨਹੀਂ ਉਸ ਬੋਲੀ ਦੇ ਸਿਰ ਤੋਂ ਤੁਸੀਂ ਕਿੰਨੀਆਂ ਕਰੋੜਾਂ ਅਰਬਾਂ ਰੁਪਇਆ ਕਮਾ ਕੇ ਤੇ ਕਿੱਥੋਂ ਤੱਕ ਗਏ, ਤੁਹਾਡਾ ਨਾਂ ਕਿੰਨਾ ਚਮਕਿਆ? ਮੈਂ ਸਭ ਤੋਂ ਗੱਲ ਭਗਵੰਤ ਸਿੰਘ ਮਾਨ ਤੇ ਕਰਦਾ। ਅੱਜ ਭਗਵੰਤ ਸਿੰਘ ਸਤੌਜ ਪਿੰਡ 'ਚ ਜੰਮਿਆ, ਉਹਨੂੰ ਦੁਨੀਆਂ ਦੇ ਉੱਤੇ ਭਗਵੰਤ ਮਾਨ ਕਿਹਨੇ ਬਣਾਇਆ? ਉਸੇ ਬੋਲੀ ਦੀ ਬਦੌਲਤ ਉਹ ਮਸ਼ਹੂਰ ਹੋਇਆ, ਉਸੇ ਬੋਲੀ ਦੀ ਬਦੌਲਤ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ। ਉਹ ਕੀ ਕਰ ਰਿਹਾ? ਕਿੱਥੇ ਉਹਦੇ ਭਾਸ਼ਾ ਵਿਭਾਗ, ਕਿੱਥੇ ਉਹਦੇ DO, ਕਿੱਥੇ ਉਹਦੀਆਂ ਕਮੇਟੀਆਂ? ਜਿਹੜਾ ਕਹਿੰਦਾ ਸੀਗਾ ਅਸੀਂ ਤਾਂ 21 ਫਰਵਰੀ ਤੱਕ ਬੋਰਡਾਂ ਦੇ ਪੰਜਾਬੀ ਕਰ ਦੇਣੀ ਹੈ ਤੇ ਸਕੂਲਾਂ 'ਚ ਆਹ ਹਾਲਾਤ ਹੋਵੇ। ਮੈਂ ਕਹਿੰਦਾ ਪੰਜਾਬ ਦੇ ਅੰਦਰ 4 ਸਕੂਲਾਂ ਦੀ ਮਾਨਤਾ ਰੱਦ ਕਰ ਦੇ ਭਗਵੰਤ, ਜਿਹੜੇ ਆ ਪੰਜਾਬੀ ਬੋਲੀ ਨਾਲ ਗੜਬੜਾਂ ਕਰਦੇ ਨੇ, ਸਭ ਲੀਤੇ ਆ ਜਾਣਗੇ। ਪਰ ਇੰਨੀ ਹਿੰਮਤ ਕਿੱਥੋਂ ਲਿਆਉਣਗੇ ਯਾਰ? ਇੰਨਾ ਉਹ ਦਰਦ ਕਿੱਥੋਂ ਲਿਆਉਣਗੇ? ਦਰਦ ਵਾਲੇ ਪਹਿਲਾਂ ਮਰ ਗਏ, ਕੁਛ ਹੋਰ ਮਰ ਜਾਣਾ, ਕੁਛ ਫਸ ਜਾਣਾ, ਲੋਕਾਂ ਨੇ ਆਪਣੇ ਮੌਜ ਮਸਤੀ 'ਚ ਫਿਰ ਤੁਰੇ ਜਾਣਾ, ਇਹੀ ਹਾਲਾਤ ਇੱਥੇ ਹੋਈ ਜਾਣੇ ਆ। ਦੁਰਦਸ਼ਾ ਸਾਡੀ ਤਾਂ ਹੀ ਹੋਗੀ ਨਾ, ਤੁਸੀਂ ਜਾਓ ਕਦੇ ਕਲਕੱਤੇ ਜਾ ਕੇ ਦੇਖਿਓ ਕਦੇ। ਮੈਂ ਕਹਿੰਦਾ ਹਿੰਦੀ ਨੂੰ ਨੇੜੇ ਨਹੀਂ ਲੱਗਣ ਦਿੰਦੇ, ਜਾ ਵੜੋ ਕਿਤੇ ਤਾਮਲਾਂ 'ਚ, ਮਤਲਬ ਹੀ ਨਹੀਂ ਤੁਸੀਂ ਕਦੇ ਉਹਨਾਂ ਨੂੰ। ਦੂਜੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਮੈਂ ਚੌਥੇ ਦੀ ਗੱਲ ਆ, ਪਰਸੋਂ ਦੀ ਮੈਂ ਬਠਿੰਡੇ ਬੈਠਾ, ਏਜੰਸੀ 'ਚ ਬਠਿੰਡੇ ਬੈਠਾ, ਤੇ ਮੈਨੂੰ ਉਹ ਮੈਨੇਜਰ ਮੇਰੇ ਨਾਲ ਗੱਲ ਨਹੀਂ ਪੈ ਗਿਆ, ਆਪਣਾ ਪੰਜਾਬੀ ਹੀ ਮੁੰਡਾ ਲੁਧਿਆਣੇ ਤੋਂ, ਉਹ ਮੈਨੂੰ ਕਹਿੰਦਾ ਬਾਈ ਸਾਡੇ ਨਾ ਇੱਥੇ, ਕਹਿੰਦਾ ਮੈਂ ਹੁਣ ਬਠਿੰਡੇ ਰਹਿੰਦਾ 4 ਸਾਲ ਦਾ ਇੱਥੇ ਕਲੋਨੀ 'ਚ, ਤੇ ਕਹਿੰਦਾ ਸਾਡੇ ਨਾਲ ਤਾਮਲ ਪਰਿਵਾਰ ਰਹਿੰਦਾ ਉੱਥੇ ਲੱਗਿਆ ਵਾ ਆਪਣੇ 'ਚ, ਜਿਹੜਾ ਆਪਣੇ ਹਸਪਤਾਲ ਬਣਿਆ ਦੱਬਲ ਸੜਕ 'ਤੇ, ਏਮਜ 'ਚ, ਏਮਜ 'ਚ ਲੱਗਿਆ ਵਾ। ਉਹ ਕਹਿੰਦਾ ਨਾ, ਕਹਿੰਦਾ ਉਹਨੇ ਕੀ ਕੀਤਾ, ਕਹਿੰਦਾ ਉਹਦੀ ਜਵਾਕੜੀ ਹੈ ਛੋਟੀ ਜੀ ਬੱਚੀ ਹੈ, ਕਹਿੰਦਾ ਉਹਦੀ ਬੱਚੀ ਨਾਲ ਉਹ ਘਰੇ ਜਾਂ ਤਾਮਿਲ ਤੇ ਜਾਂ ਅੰਗਰੇਜ਼ੀ 'ਚ, ਹਿੰਦੀ 'ਚ ਗੱਲ ਨਹੀਂ ਕਰਦੇ ਉਹ, ਕਹਿੰਦਾ ਉਹ ਸਾਡੀ ਗਵਾਂਢਣ ਹੋਣ ਕਰਕੇ ਨਾ ਸਾਡੇ ਗਵਾਂਢ 'ਚ ਰਹਿੰਦਾ, ਕਹਿੰਦਾ ਸਾਡੀ ਜੋ ਬੱਚੀ ਸਾਡੇ ਘਰੇ ਖੇਡਣ ਆ ਜਾਂਦੀ ਹੈ। ਉਹ ਕਹਿੰਦਾ ਮੇਰਾ ਬਾਪੂ ਤੇ ਬੇਬੇ ਨੂੰ ਮਾੜੀ ਮੋਟੀ ਹਿੰਦੀ ਤਾਂ ਆਉਂਦੀ ਹੈ ਟੁੱਟੀ ਫੁੱਟੀ ਜੀ, ਕਹਿੰਦਾ ਅੰਗਰੇਜ਼ੀ ਆਉਂਦੀ, ਕਹਿੰਦਾ ਉਹ ਕਹਿੰਦਾ ਜਦੋਂ ਮੇਰੀ ਉਹ ਬੱਚੀ ਨਾਲ ਮਾੜੀ ਮੋਟੀ ਹਿੰਦੀ 'ਚ ਗੱਲ ਕਰਦੇ ਆ, ਤੇ ਕਹਿੰਦਾ ਇੱਕ ਦਿਨ ਕੀ ਹੋਇਆ, ਕਹਿੰਦਾ ਮੇਰੀ ਬੇਬੇ ਕਹਿੰਦਾ ਉਹ ਬੱਚੀ ਨਾਲ ਹਿੰਦੀ 'ਚ ਕਿਤੇ ਗੱਲ ਕਰੀ ਜਾਂਦੀ ਸੀਗੀ, ਉਹ ਆਈ ਵੀ ਸਾਡੇ ਘਰੇ ਖੇਡਣ ਜਵਾਕੜੀ, ਉਹ ਕਹਿੰਦਾ ਮਗਰ ਉਹਦੀ ਬੱਚੀ ਦੀ ਮਾਂ ਉਹਨੂੰ ਲੈਣ ਆ ਗਈ, ਕਹਿੰਦਾ ਉਹਨੇ ਦੇਖਿਆ ਵੀ ਸਾਡੀ ਜਵਾਕੜੀ ਹਿੰਦੀ 'ਚ ਗੱਲ ਕਰੀ ਕਰਦੇ ਆ, ਕਹਿੰਦਾ ਉਸ ਤੋਂ ਬਾਅਦ ਉਹਨੇ ਆਪਣੀ ਬੱਚੀ ਸਾਡੇ ਘਰੇ ਨਹੀਂ ਤੋਰੀ। ਅੱਛਾ, ਕਹਿੰਦਾ ਚਲੋ ਕਈ ਦਿਨ ਤਾਂ ਅਸੀਂ ਵੈਸੇ ਸੋਚਿਆ ਵੀ ਯਾਰ ਚੱਲ ਨਹੀਂ ਜਵਾਕ ਕਦੇ ਬਾਗੇ ਹੋਣੇ ਆ ਜਾਂ ਨਹੀਂ ਕਦੇ ਖੇਡਣਾ, ਇੱਕ ਢਿੱਲ ਮੱਟ ਕੋਈ ਹੋਰ, ਹਨਾ। ਕਹਿੰਦਾ ਇੱਕ ਸੁੱਤੇ ਅਸੀਂ ਇੱਕ ਦਿਨ, ਮੈਂ ਵੀ ਕਹਿੰਦਾ ਛੁੱਟੀ ਸੀ ਤੇ ਮੈਂ ਬਾਹਰ 'ਚ ਖੜਾ, ਕਹਿੰਦਾ ਗੱਲਾਂ ਚੱਲ ਪਈਆਂ ਤੇ ਉੱਥੇ ਕਹਿੰਦਾ ਉਹ ਮੀਆਂ ਬੀਬੀ ਦੋਨੇ ਜਿਹੜੇ ਤਾਮਲ ਸੀਗੇ ਉਹ ਆ ਗਏ, ਤੇ ਉਹ ਕਹਿੰਦਾ ਨਾਂ ਸੀ ਉਹਦਾ ਪਤਾ ਨਹੀਂ ਕੀ ਨਾਂ ਦੱਸਿਆ ਉਹਦਾ ਜਵਾਕੜੀ ਦਾ। ਅੱਛਾ, ਕਹਿੰਦਾ ਅਸੀਂ ਉਹਦਾ ਨਾਂ ਲੈ ਕੇ ਆ ਵੀ ਉਹ ਵੀ ਆਈ ਨਹੀਂ ਹੁਣ ਕਦੇ ਘਰੇ ਵੀ ਗਈ, ਉਹ ਕਹਿੰਦੇ ਨਹੀਂ ਨਹੀਂ। ਕਹਿੰਦਾ ਉਹਨੇ ਫਿਰ ਮੈਨੂੰ ਪਾਸੇ ਲੈ ਗਿਆ, ਉਹਦਾ ਤਾਮਲ ਬੰਦਾ ਸੀ, ਕਹਿੰਦਾ ਮੈਨੇ ਮੋਢੇ ਹੱਥ ਰੱਖਿਆ ਮੈਨੂੰ ਪਾਸੇ ਲੈ ਗਿਆ, ਮੈਨੂੰ ਕਹਿੰਦਾ ਗੱਲ ਸੁਣੋ, ਕਹਿੰਦਾ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਸਾਡੀ ਬੱਚੀ ਨਾਲ ਹਿੰਦੀ 'ਚ ਗੱਲ ਕਰਦੇ ਆ, ਅਸੀਂ ਬਰਦਾਸ਼ਤ ਨਹੀਂ ਕਰਦੇ, ਇਸ ਕਰਕੇ ਅਸੀਂ ਆਪਣੀ ਬੱਚੀ ਇੱਥੇ ਆਉਣ ਰੋਕ ਲਈ।
देखो कमाल की गल, सिल्वर ऑक्स स्कूल च कहना बच्ची पढ़ती है जी बठिंडे, कहना उन्होंने कहा भी साड़ी बच्ची नाल तमिल च गल कर सो कर लो तो नहीं अंग्रेजी च हिंदी च गल नहीं करनी। यह होंगे अपन बोलियां प्यार असी, मैं यह कहने लखा यदा विरोधी है वह विरोधी है, मैं ना अंग्रेजी का विरोधी हाँ ना मैं हिंदी का विरोधी हाँ ना मैं किसी तमिल तेलगू का विरोधी हाँ ना मैं उर्दू का विरोधी हाँ। पढ़ाओ सारिया जबाना सारिया बोलियां किसी भी जवाक न किसी इंसान को आनिया चाहिए पढ़निया चाहिए ने, पर जर अपनी माँ को क्यों मार रहे हो? माँ करके पछाण है दुनिया च, ये तो दुनिया के उत्ते खोजा हो गई भी जिहड़ा इंसान जिहड़ा बच्चा अपनी माँ बोली दे विच वधिया पकड़ रखता अपनी माँ बोली नूं पढ़न च महारत हासिल आ वो दुनिया दीआं दूजीआं बोलीआं जबानां बहुत वधिया तरीके नाल सिखदा है। ये मैं नहीं कहना दुनिया दीआं खोजां कहिंदीआं ने, असीं तां एडे अवेसले हां इस पक्खों क्योंकि सानूं असल परमिंदर बोली का महत्व ही नहीं पता कि महत्व की आ, उस सानूं समझ नहीं ना भी कौम की होंद महत्व की। हुण अपने लोग कनेडा अमरीका चले जाते हैं उधर जाके बोली नूं क्यों बचाउंदे आ, उत्थे पता लगता बोली की तरजीह दिंदे आ भी बोली का महत्व की आ, इत्थे सानूं समझ नहीं जां सानूं ऐ लगता फिर ऐ बोली किधर चली है क्यों नहीं चली बोली। जो थोड़े जवाकों ने इनू थोड़े जवाकों बिहारियां शहारियां नहीं पाउणी आउंदियां पिंडां दे नौ नहीं लिखे आउंदे लिखणे आउंदे व्याकरण थोड़े जवाक भुल चुके आ, एक अदूआ भुल चुके आ 99-80 दा पता नहीं भी की फर्क है, वह फिर खत्म ही हो रहा काम हौली हौली खत्म हो रहा। सो इस करके मेरी अपील आ सारे लोगों लख विरोध करो जम जम के विरोध करो कढ़ो गालां जिन्नियां लखे नूं कढ़दे आ कोई गल नहीं, पर मेरा वीर अपने बच्चों के मगरे खास ध्यान दे लो कि साढ़े जवाकों को किहड़ा इतिहास साड़ा इतिहास भी स्कूलों से बिगाड़ के पेश कर रहे हैं अपने तरीके इतिहास पढ़ा रहे। 2020 की जिहड़ी सिक्ख्या नीति आई है ये इन्नी खतरनाक नीति है जी लागू करनी है स्कूलों के विच, वो तो देखो कि वो साड़ा किवें इतिहास इन्होंने बिगाड़ के पेश कर देना, जिहड़े साढ़े योधे ने शहीद ने उन्होंने इन्होंने खलनायक बना के पेश करना या नलायक बना के पेश करना, जिहड़े इन्होंने बिल्कुल ही सावरकर वर्गे आ जिन्हां ने माफिया मांग के अंग्रेजा तो काले पानी की जेल च 17-17 चिट्ठियां लिख के अंग्रेजों माफिया मांग के बाहर आए सी उन्होंने योधे ते हीरो बना के पेश करना, इहदे प्रति असीं वेसले आ कोई मतलब नहीं। कोई बंदा नहीं होना पंजाब का जिहड़ा अपने जवाब दे इतिहास की किताब चाके पढ़ता होगा भी इतिहास च की पढ़ाई जांदे आ जां स्कूल च किहो जिहे सैमीनार कराउंदे आ, जिम्मेवार आ ना वड्डे पद्धर ते इन्हां दी की हिम्मत आ ਜਿਹੜੇ ਜਵਾਕਾਂ ਨੂੰ ਜੋੜ ਜਾਣੇ ਕਿਤੇ ਹੋਰ ਦੂਜੇ ਤੀਜੇ ਪਾਸੇ ਅਸੀਂ ਜ਼ਿੰਮੇਵਾਰ ਹੈਗੇ ਹਾਂ, ਕਿਹੜਾ ਮਾਪਾ ਜਿਹੜਾ ਜਾਂਦਾ ਮਗਰ ਇਹਨਾਂ ਦੇ ਕੋਈ ਵੀ ਨਹੀਂ ਜਾਂਦਾ ਸਾਰੇ ਰਿਜ਼ਲਟ ਲੈਣ ਜਾਂਦੇ ਆ। ਇੱਕ ਬਾਈ ਕੈਮਰੇ ਔਨ ਕੈਮਰਾ ਬੈਠੇ ਹੋ, ਬੜੇ ਲੋਕਾਂ ਦਾ ਸਵਾਲ ਆ ਜਿਹੜਾ ਮੈਂ ਪੁੱਛਣਾ ਚਾਹੁੰਦਾ, ਲੱਖੇ ਦੇ ਖਰਚੇ ਕਿੱਥੋਂ ਚੱਲਦੇ ਆ? ਲੱਖੇ ਕੋਲ ਵੱਡੀ ਗੱਡੀ ਹੈ, ਲੱਖਾ ਗਨਮੈਨ ਰੱਖਦਾ, ਪ੍ਰਾਈਵੇਟ ਗਨਮੈਨ ਵੀ ਲੈ ਕੇ ਜਾਂਦਾ, ਲੱਖਾ ਇੰਨੇ ਖਰਚੇ ਕਿੱਥੋਂ ਪੂਰੇ ਕਰਦਾ? ਇਹ ਨਾ ਪਰਮਿੰਦਰ ਬੜੇ ਵਾਰੀ ਸਵਾਲ ਮੇਰੇ ਸਾਹਮਣੇ ਆਇਆ, ਮੈਨੂੰ ਕੋਈ ਫੋਨ ਵੀ ਕਰ ਲੈਂਦੇ ਬਾਹਰ ਬੈਠੇ ਫੋਨ ਬਈ ਤੂੰ ਐਂ ਕਰਦਾ ਖਰਚਾ ਕਿੱਥੇ ਤੋਰਦਾ। ਇਹਦੇ ਲਈ ਨਾ ਮੰਨ ਲਓ ਮੈਂ ਕੋਈ ਵੀ ਇਹ ਮੈਂ ਪਹਿਲਾਂ ਵੀ ਖੈਰ ਇੱਕ ਵਾਰੀ ਸਵਾਲ ਉੱਠਿਆ ਅਤੇ ਮੈਂ ਜਵਾਬ ਦਿੱਤਾ ਸੀ, ਮੰਨ ਲਓ ਮੈਂ ਕੋਈ ਵੀ ਇਹਦਾ ਜਵਾਬ ਤੁਹਾਨੂੰ ਦੇ ਦਾਂ ਵੀ ਮੈਂ ਐਂ ਕਰਦਾ। ਮੈਂ ਇਹ ਬੜੇ ਵਾਰੀ ਨਿਮਰਤਾ ਸਿਆਂ ਤਾਂ ਜਿਹੜੇ ਵੀ ਸੱਜਣ ਮੇਰੇ ਸਵਾਲ ਉਠਾਉਂਦੇ ਆ ਮੈਂ ਬੇਨਤੀ ਕਰਦਾ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਆ ਕੇ ਰਹੋ, ਪਾਸੇ ਮੇਰੇ ਕਮਰੇ ਹੈਗੇ, ਮਹੀਨਾ ਦੋ ਮਹੀਨੇ ਛੇ ਮਹੀਨੇ ਲਓ, ਤੁਹਾਨੂੰ ਰੋਟੀ ਟੁੱਕ ਮੈਂ ਆਪੇ ਖਵਾਉਂਦਾ, ਤੁਹਾਨੂੰ ਆਪੇ ਚਾਨਣਾ ਹੋ ਜੂਗਾ, ਮੇਰੀ ਕਹੀ ਗੱਲ ਦਾ ਕਿਸੇ ਨੇ ਯਕੀਨ ਕਰਨਾ ਕਿਸੇ ਨੇ ਨਹੀਂ ਕਰਨਾ। ਮੈਂ ਇਹ ਵਾਰ ਵਾਰ ਬੇਨਤੀ ਕਰਦਾ ਵੀ ਤੁਸੀਂ ਆ ਜਾਓ ਯਾਰ, ਤੁਸੀਂ ਜੋ ਵੀ ਆ ਤੁਸੀਂ ਮੈਨੂੰ ਨਫ਼ਰਤ ਕਰਦੇ ਹੋ, ਮੈਨੂੰ ਪਿਆਰ ਕਰਦੇ ਹੋ, ਮੈਨੂੰ ਕੋਈ ਲੈਣਾ ਦੇਣਾ ਨਹੀਂ, ਤੁਸੀਂ ਮੇਰੇ ਬਾਰੇ ਜਾਣਨਾ ਚਾਹੁੰਦੇ ਹੋ ਨਾ, ਬੰਦੇ ਬਾਰੇ ਆਪਾਂ ਕਿਵੇਂ ਜਾਣ ਸਕਦੇ? ਮੈਂ ਤਾਂ ਕੁਛ ਵੀ ਕਹਾਣੀ ਸੁਣਾ ਸਕਦਾ, ਜਾਣਨਾ ਹੁੰਦਾ ਤਾਂ ਬੰਦੇ ਨਾਲ ਆਪਾਂ ਨੂੰ ਸਮਾਂ ਵਿਚਾਰਨਾ ਪੈਂਦਾ ਨਹੀਂ, ਮੈਂ ਕਰਦਾ ਕੀ ਹਾਂ, ਮੇਰਾ ਖਰਚਾ ਕਿੱਥੋਂ ਤੁਰਦਾ? ਇਹ ਸਾਰੇ ਸਵਾਲ ਨੇ ਜਿਹਨ ਦੇ। ਬਾਹਰੋਂ ਫੰਡਿੰਗ ਹੁੰਦੀ ਹੈ? ਬਾਹਰੋਂ ਫੰਡਿੰਗ ਰੱਖ ਲਓ, ਮੰਨ ਲਾ ਜੇ ਬਾਹਰੋਂ ਫੰਡਿੰਗ ਵਾਲੀ ਗੱਲ ਆ ਜੇ, ਬਾਹਰੋਂ ਫੰਡਿੰਗ 'ਚ ਮੈਨੂੰ ਬਖਸ਼ੂ ਕਿਹੜਾ ਸਰਕਾਰ ਨਾਲ ਮੇਰਾ ਪੰਗਾ? ਮੈਨੂੰ ਬਖਸ਼ਣਗਾ ਬਖਸ਼ੂਗਾ ਕੋਈ? ਮੈਨੂੰ ਕੱਚੇ ਮਿੰਟ 'ਚ ਐਂ ਬਲੇਡ ਦੇਣਗੇ? ਲੱਗਦਾ ਵੀ ਮੈਨੂੰ ਇਹ ਛੱਡਣਗੇ ਜਿੱਥੇ ਪੰਗੇ ਪਏ ਹੋਏ ਨੇ ਮੇਰੇ? ਅਤੇ ਮੇਰਾ ਖਰਚਾ ਹੈ ਕਿ ਮੈਂ ਕੋਈ 7-star ਹੋਟਲਾਂ 'ਚ ਰੋਟੀਆਂ ਖਾਂਦਾ? ਕਣਕ ਮੇਰੇ ਘਰ ਹੈਗੀ ਹੈ, ਦਾਲ ਸਬਜ਼ੀ ਮੇਰੇ ਘਰ ਹੋ ਜਾਂਦੀ ਹੈ, ਹੋਰ ਮੈਂ ਦੁੱਧ ਮੇਰੇ ਘਰ ਹੈਗਾ, ਦਹੀਂ ਮੱਖਣੀ ਮੇਰੇ ਘਰ ਹੈਗੀ ਹੈ, ਨਾ ਤਾਂ ਮੈਂ ਕੋਈ ਸ਼ਰਾਬਾਂ ਦਾਦੀ ਹਾਂ, ਨਾ ਮੈਂ ਮੀਟਾਂ ਦਾਦੀ ਹਾਂ ਵੀ ਮੈਂ ਤਾਂ ਰੋਜ਼ ਹੀ ਕਿਤੇ ਮੱਛੀਆਂ ਨਾਲ ਰੋਟੀਆਂ ਖਾਂਦਾ ਜੀ, ਜਾਂ ਮੈਂ ਤਾਂ ਦਾਰੂਆਂ ਮਹਿੰਗੀਆਂ ਪੀਂਦਾ ਜੀ, ਉਹਦਾ ਹੋਇਆ ਖਰਚਾ ਮੰਨ ਲਾ, ਇਹ ਤੋਂ ਇਲਾਵਾ ਮੇਰਾ ਕੀ ਖਰਚਾ ਹੋ ਸਕਦਾ? ਮੰਨ ਕੇ ਚੱਲੋ, ਚਲੋ ਮੈਂ ਇਹ ਪੁੱਛਦਿਆਂ ਮੈਂ ਦੱਸ ਵੀ ਦਿੰਦਾ ਮੇਰਾ ਖਰਚਾ, ਇੱਕ ਗੱਡੀ ਆ ਮੰਨ ਲਾ ਮੇਰੇ ਕੋਲ, ਅਸੀਂ ਮਿੱਤਰ ਪਿਆਰੇ ਹਾਂ, ਅਸੀਂ ਜਾਂਦੇ ਵੀ ਹਾਂ ਕਈ ਵਾਰੀ, ਮੰਨ ਲਾ ਤੇਲ ਅਸੀਂ ਰਲ ਮਿਲ ਕੇ ਹੀ ਪਵਾ ਲੈਂਦੇ ਹਾਂ,
कई साढ़े नाल तकड़े घर के मुंडे भी है, कोई 20-30 किले वाले भी है, 50 किले वाले भी है, वह भी कितने 5000 का तेल पवा दें टेंकी भरा देंगे। कई यार मित्र नूं भी कह दे टेंकी भरा दे भाई फुल करा दे। मैं कहना जे इस गल मेरे तो यकीन नहीं भी मैं ऐ कर दा तो मेरे ना रहो यार किस पासे मनोगे भी कोई बंदा हैगा भी सानू दुनिया के उत्ते कहे भी भाई मैं जो करदा मैं चंगा करदा माड़ा करदा मैं 24 घंटे बंदा ना रखने तैयार हाँ आ जाओ फिर तो स्पष्ट वो लोगों जाके दस दे भी लखा की करता है यदा खर्चा कितों आता उसके सामने ही मैं सारा कुछ करूंगा मैं लुको के कुछ नहीं करता ना भी पता लग जाऊ अंकड़े भी किन्ने का तेल फूकता रोज कितने कितने जाता है कै गड्डिया जाता है सारा कुछ पता लग जूगा फिर तो कोई लुकट पीट नहीं चाहिए। देखो मैं हमेशा गल परमिंदर कही है मेरी जिंदगी खुली किताब की तरह मैं अपना पिछोकड़ नहीं लगा के रखे कदे जो कुछ किया कराया कि इंटरव्यू के बच्चे मैं अपनी गलों बारे खुलासे किए भी असं कोई दो धोते नहीं रहे भरावो अभी कोई बहुत चंगे नहीं रहे अभी चंगे माड़े काम सब करके देखे ठीक है ना भी मैं तो कोई लुकोया ही नहीं यार मेरे लुकन वाला मेरे को है ही नहीं ना मैं इतों सारिया गलों के परदाया पाया जाता है भी मैं आ लुको लू आ लुको लू ये मैं तो हों नहीं पर फिर भी जे कि है मन सवाल तो आ जाओ जी आया मैं ना रख के सारा थोड़ा चानना मेरी जिंदगी का पैजूगा मैं की करदा की करदा किन्ने बजे उठदा किन्ने बजे पहनना की पढ़दा की करदा ये सारा कुछ पता कोई परवाह नहीं ना। देखो मैं एको गल मैं फिर कहना कि मैं हमेशा जो मैं ये सोचता ना कि लखा सिंह तेरे इनिया गोलियां बच गई इतने गोली बजी मेरे सिर च इतें बजी भी है इतने आ गई सी ये मेरा DMC चौथे दिन ऑपरेशन होया इतों छिक्का कंडे मेरे डॉक्टर हैरान सी भी इतने सिर च गोली बजी मगर जमा इतने घूम के बीजी इतने किमें आ गई और मेरी जबान भी सलामत है तो मैं थोड़े सामने बैठा ही मेरी जबान भी जा सकती सी किसी भी मेरे जबान दे किसी मेरी नार कोई कट्टी जा सकती है दूजी गोली मेरे बिल्कुल बैक ते लगदे जमा रीढ़ की हड्डी दे ऐ नाल खेमी आ मेरी इतों छाती पाट के लंघ जाती है इतने इन्ना खोल सी मेरे जो मेरे पहली वारी दो गोलियां बजीं है ना तो मैं पहला भी बड़े बारी दस्या जो मैं मेरे गोलियां बजीं तो मैं तगड़ा नरोआ बहुत सी मैं खेडता सी तो मैं घर आ गया ही तुर के आपदे अखों तो मैं माड़ा माड़ा दींदा ही देखने हट गया सी मैं अपने हाथ धर के छाती ते खून की धार है बिल्ली की पूछ जिड़ी पैंदी सी ते मैं अपने घर तक तुरया स्कूल तो घर तक तुर के आ गया सी दूजी वारी मेरे फिर गोलियां बज दियां आ सारा मेरा ढिड छाणिया जांदा आ सारा मेरा ऑपरेशन होया वा इत्थों मेरी आंत है जिहड़ी वड्डी आंत इहदा काफ़ी हथ वड्डा टुकड़ा कुट कट के बिच्चों कढ़िया होया ये सारी गोलियां नाल छणनी हो गई सी उदों मेरे नाल मुंडे दी इक दी मौत होई सी असीं तिन्न जाणे उदों फटड़ हो गए सीगे तुसीं देखो मैं हुण मैं फिर तुहाडे सामने सही सलामत बैठा ना तो मैं जो सारिया गलों विचारदा ना परमिंदर तो मैं एक गल मैं यार भी परमात्मा की कोई कला यार कोई उस रब की कोई रहमत आ तेन बचा लिया दो बारी बचा लिया इन्ने मतलब कि डेंजर पॉइंट के उत्ते तेरे गोलियां लगिया फिर भी तू अज जाना है यदा मतलब रब परमात्मा को चाहता है कि कुछ करके जा बस इको ही निशाना है जाऊँगा कुछ पंजाब लिए करके जाऊँगा कल नू मर जा परसों मर जा भावें 20 साल जाऊँगा रवान 30 साल जाऊँगा रवान जाना कुछ करके है ना साले किसी थले लगना ना चप्पल चटनिया किसी दियाँ ना किसी की ईन मननी है ठीक है मैं लोगों को कहना हमेशा भी मेरिया गलों पर अमल कर लो लखा की है छड़ दो लखे चाहे गाला कढ़ लो लखे बुरा कह लो भला कह लो पर मेरा एको ही निशाना है दर्द है जरा अंदर ले फिर दिन रात मैं कहना पहली गल तो तू रह के देख परमिंदर मेरे नाल तू कढ़ कदे समा यार तू ही चानना पा दे वे की करदा हुण तू मैनू की करदे नू देखिया तू आप देख लिया है ना तू जिन्ने बारी भी मेरे कोल घरे आया मैं देखिया भी कदे मैं कुर्सी राही बैठा जां मैं मंजा राही बैठा जां मैं अंदर कमरे च पिया है तू ऐ देख ला भी मैं 24 घंटे के बिचों 16-16, 15-15 घंटे में फिरदा रहना बहुत थोड़ा मैं सौना पढ़ता भी है मैं जिन्ना रात को मेरे को समा लगता है ना फिर मैं जिहड़ा सारा दिन का मेरा रुझेवा मेरा काम आ हुण मैं की दसा मेरा की काम आ जां मैं मेरे घर के हालात की दसा मेरे खोल के की है ये भी मैं होर तुहानूं गल दस देना आने वाले समय से यह भी सामने आएंगे मेरे घर के हालात की है लोग कहते हैं खर्चा कितों करता है की करता यह भी मैं दसना नहीं चाहता अज गल ये कोई गल नहीं समय के नाल ये भी गल लोगों चानना हो जूगी बिल्कुल पर मैं मेरा भीर थोनों कुछ नहीं चाहता भी तुम लखे के भगत बनो तुम लखे के मगर लगो लखे की जय जयकार करो लखे की गल न फड़ लो यार लखा कहना की चाहता लखे मेरा एक सवाल है
ਤੁਹਾਡੇ ਵਿਰੋਧੀ ਵੀ ਕਹਿੰਦੇ ਕਿ ਲੱਖੇ ਦੇ ਜਵਾਕ ਸੀ ਬੀ ਐਸ ਈ 'ਚ ਪੜ੍ਹਦੇ ਇਹ ਗੱਲ ਮੈਂ ਇੱਕ ਵਾਰੀ ਨਹੀਂ ਪਰਮਿੰਦਰ ਹਜ਼ਾਰ ਵਾਰੀ ਕਹਿ ਚੁੱਕਿਆ ਮੈਂ ਕਦੇ ਕਿਸੇ ਨੂੰ ਕਿਹਾ ਵੀ ਤੁਸੀਂ ਸੀ ਬੀ ਐਸ ਈ ਬੋਰਡ 'ਚ ਨਾ ਪੜ੍ਹਾਓ ਤੁਸੀਂ ਅੰਗਰੇਜ਼ੀ ਨਾ ਪੜ੍ਹਾਓ ਮੈਂ ਕਦੋਂ ਕਿਹਾ ਮੈਂ 16 ਦੇ ਵਿੱਚ ਬੋਰਡਾਂ ਦੇ ਰੰਗ ਮਾਰੇ ਮੈਂ ਇਹ ਕਿਹਾ ਵੀ ਇੱਥੇ ਅੰਗਰੇਜ਼ੀ ਨਹੀਂ ਹੋਣੀ ਚਾਹੀਦੀ ਮੈਂ ਕਿਹਾ ਪੰਜਾਬੀ ਉੱਪਰ ਹੋਣੀ ਚਾਹੀਦੀ ਹੈ ਮੈਂ ਅੱਜ ਵੀ ਕਹਿਣਾ ਤੁਸੀਂ ਜਿੱਥੇ ਮਰਜ਼ੀ ਪੜ੍ਹਾਓ ਜਵਾਕਾਂ ਦੀ ਗੱਲ ਨਹੀਂ ਆ ਮੈਂ ਕਦੇ ਵੀ ਨਹੀਂ ਕਿਹਾ ਜਵਾਕਾਂ ਬਾਰੇ ਵੀ ਇੱਥੇ ਨਾ ਪੜ੍ਹਾਓ ਉੱਥੇ ਨਾ ਪੜ੍ਹਾਓ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਪੜ੍ਹਾਓ ਇਹ 'ਚ ਪੜ੍ਹਾਓ ਇਹ 'ਚ ਪੜ੍ਹਾਓ ਜਿਹੜੇ ਮਰਜ਼ੀ ਬੋਰਡ 'ਚ ਪੜ੍ਹਾਓ ਬਸ਼ਰਤੇ ਤੁਹਾਡੇ ਜਵਾਕਾਂ ਨੂੰ ਉੱਥੇ ਪੰਜਾਬੀ ਆਉਂਦੀ ਹੈ ਉਹ ਸਕੂਲ 'ਚ ਪੰਜਾਬੀ ਦੇ ਹਾਲਾਤ ਕੀ ਨੇ ਕੀ ਰੋਕੀ ਜਾਂਦੀ ਹੈ ਵੀ ਪਾਬੰਦੀ ਲਾਈ ਜਾਂਦੀ ਹੈ ਜੁਰਮਾਨਾ ਤਾਂ ਨਹੀਂ ਗੱਲ ਪੰਜਾਬੀ ਦੀ ਹੋ ਰਹੀ ਹੈ ਪਰ ਬਾਰ ਬਾਰ ਜਦੋਂ ਕੋਈ ਮੁੱਦਾ ਨਹੀਂ ਚਾਹੁੰਦੇ ਇਹ ਗੱਲ 'ਤੇ ਆ ਜਾਂਦੇ ਆ ਜਦ ਤੁਸੀਂ ਮੈਨੂੰ ਇੱਕ ਤਾਂ ਵੀ ਸਾਬਤ ਕਰ ਦਿਓ ਵੀ ਲੱਖੇ ਨੇ ਕਿਤੇ ਵੀ ਕਿਹਾ ਮੈਂ ਅੰਗਰੇਜ਼ੀ ਵਿਰੋਧੀ ਹਾਂ ਮੈਂ ਕਦੋਂ ਕਹਿੰਦਾ ਵੀ ਅੰਗਰੇਜ਼ੀ ਨਾ ਪੜ੍ਹਾਓ ਯਾਰ ਅੱਜ ਅੰਗਰੇਜ਼ੀ ਅੰਗਰੇਜ਼ੀ ਅੱਜ ਦੁਨੀਆ ਦੀ ਬੋਲੀ ਬਣ ਚੁੱਕੀ ਹੈ ਗਲੋਬਲੀ ਤੌਰ 'ਤੇ ਆਪਾਂ ਦੇਖਾਂਗੇ ਤੁਸੀਂ ਜਿੱਥੇ ਵੀ ਜਾਣਾ ਕੋਈ ਕਾਰੋਬਾਰ ਕਰਨਾ ਕੋਈ ਪੜ੍ਹਨ ਜਾਣਾ ਤੁਹਾਡੀ ਅੰਗਰੇਜ਼ੀ ਬੜੀ ਜ਼ਰੂਰੀ ਆ ਅਤੇ ਮੈਂ ਕਦੇ ਵੀ ਨਹੀਂ ਕਿਹਾ ਅੰਗਰੇਜ਼ੀ ਨਾ ਪੜ੍ਹਾਓ ਹੁਣ ਕੋਈ ਗੱਲ ਨਹੀਂ ਦੇਖ ਕਰਦੇ ਕੌਣ ਆ ਜਿਹੜੇ ਵਿਰੋਧੀ ਨੇ ਹੁਣ ਤੁਸੀਂ ਮੇਰੀ ਗੱਲ ਸੁਣੋ ਮੇਰੇ ਜਵਾਕ ਆ ਇੱਕ ਤੀਜੀ 'ਚ ਪੜ੍ਹਦਾ ਇੱਕ ਪਹਿਲੀ 'ਚ ਹੈ ਤੁਸੀਂ ਮੇਰੇ ਜਵਾਕਾਂ ਤੋਂ ਪੁੱਛ ਲਿਓ ਤੁਸੀਂ ਤੁਹਾਨੂੰ ਆਲੇ ਦੁਆਲੇ ਕਿਤੇ ਇਸ ਸਮੇਂ ਸਾਰੇ ਜਵਾਕ ਡੈਡੀ ਮੰਮੀ ਹੁਣ ਤਾਂ ਗਾਹਾਂ ਟੱਪ ਕੇ ਡੈਡੀ ਤੋਂ ਡੈਡ 'ਤੇ ਆ ਗਏ ਮੰਮੀ ਤੋਂ ਮੋਮ 'ਤੇ ਆ ਗਏ ਮੇਰੇ ਜਵਾਕ ਠੇਠ ਬਾਪੂ ਬੇਬੇ ਕਹਿੰਦੇ ਨੇ ਸਾਨੂੰ ਛੋਟੇ ਛੋਟੇ ਜਵਾਕ ਆ ਮੇਰੇ ਹੈ ਨਾ ਅਤੇ ਮੈਂ ਉਹਨਾਂ ਨੂੰ ਤੁਸੀਂ ਜਾ ਕੇ ਪੁੱਛ ਲਓ ਪੰਜਾਬੀ ਕਿੰਨੀ ਕੁ ਆਉਂਦੀ ਆ ਹੁਣ ਤੀਜੀ 'ਚ ਜਵਾਕ ਪੜ੍ਹਦਾ ਮੇਰਾ ਉਹ ਕਿੰਨੀ ਕੁ ਪੰਜਾਬੀ ਜਾਣਦਾ ਹੋਊਗਾ ਦਸਵੀਂ 'ਚ ਪੜ੍ਹਦੇ ਜਵਾਕਾਂ ਨੂੰ ਉਡਾਲਾ ਨਹੀਂ ਲਿਖਣਾ ਆਉਂਦਾ ਆਪਣਾ ਪਿੰਡਾਂ ਦੇ ਨਾਂ ਨਹੀਂ ਪੰਜਾਬੀ 'ਚ ਲਿਖਣੇ ਆਉਂਦੇ ਅਤੇ ਮੇਰੇ ਜਵਾਕ ਨੂੰ ਤੁਹਾਨੂੰ ਮੈਂ ਬਿਠਾ ਦੂੰ ਸਾਹਮਣੇ ਤੁਸੀਂ ਆਪੇ ਪੁੱਛ ਲਿਓ ਵੀ ਉਡਾਲਾ ਆਉਂਦਾ ਤੁਹਾਨੂੰ ਲਿਖ ਕੇ ਦਿਖਾਊ ਕਿ ਨਹੀਂ ਦਿਖਾਊਗਾ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਕਰਦੇ ਨੇ ਨਾ ਉਹ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਕੋਈ ਲੱਭਦਾ ਨਹੀਂ ਨਾ ਕੋਈ ਠੋਸ ਤਾਂ ਮੇਰੇ ਖਿਲਾਫ਼ ਹੈ ਨਹੀਂ ਉਹੀ ਗੱਲਾਂ ਜੀ ਇਹ ਗੈਂਟ ਰਿਹਾ ਜੀ ਇਹ ਫਲਾਣਾ ਮਾਰਤਾ ਨੇ ਜੀ ਇਹ ਫਲਾਣਾ ਮਰਵਾਤਾ ਜੀ ਇਹਨੇ ਆਹ ਕਰਤਾ ਜੀ ਇਹਨੇ ਵਾਹ ਕਰਤਾ ਜੀ ਹੋਰ ਤਾਂ ਕੋਈ ਹੱਲ ਹੀ ਨਹੀਂ ਇਹਦੇ ਜਵਾਕ ਕੱਚੇ ਨੇ ਜੀ ਇਹ ਗੱਲਾਂ ਉਹੀ ਯਾਰ ਮੈਂ ਕਹਿੰਦਾ ਤੁਸੀਂ ਜਿਹੜੀ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਉਹ ਗਲਤ ਕਹਿ ਰਿਹਾ ਉਹਦੇ ਆ ਜਾਓ ਜਾਂ ਮੇਰੇ ਸਾਹਮਣੇ ਬਹਿ ਜਾਓ ਕਿਤੇ ਆਪਾਂ ਕਦੇ ਸਾਰੇ ਮੀਡੀਆ ਇਕੱਠਾ ਕਰ ਲਿਓ ਸਾਰਾ ਉੱਥੇ ਜਿੰਨੇ ਕੋਈ ਜਿਹੜੇ ਮੇਰੇ ਤੋਂ ਸਵਾਲ ਉਠਾਉਂਦੇ ਆ ਉਹ ਵੀ ਆ ਜਾਓ ਉਹਨਾਂ ਨੂੰ ਆਪਾਂ ਗੱਲਬਾਤ ਕਰ ਲਾਂਗੇ ਉੱਥੇ ਬਹਿ ਕੇ ਤੁਸੀਂ ਮੇਰੇ ਤੋਂ ਸਵਾਲ ਵੀ ਪੁੱਛ ਲਿਓ ਅਤੇ ਮੇਰੇ ਜਵਾਬ ਵੀ ਸੁਣ ਲਿਓ ਅਤੇ ਮੈਨੂੰ ਵੀ ਸਵਾਲਾਂ ਦੇ ਜਵਾਬ ਦੇ ਦਿਓ ਬਹੁਤ ਬਹੁਤ ਧੰਨਵਾਦ ਲੱਖੇ ਸਮਾਂ ਦੇਣ ਲਈ ਠੀਕ ਹੈ ਇਹ ਸੀ ਲੱਖਾ ਸਧਾਣਾ ਸਿੱਧੇ ਸਵਾਲਾਂ ਦੇ ਵਿੱਚ ਪੰਜਾਬ ਦੇ ਮੁੱਦਿਆਂ 'ਤੇ ਵੀ ਗੱਲਬਾਤ ਕੀਤੀ ਅਤੇ ਅਕਸਰ ਚੱਲ ਕੀ ਰਿਹਾ ਇਸ 'ਤੇ ਵੀ ਗੱਲਬਾਤ ਕੀਤੀ ਜੁੜੇ ਰਹੋ ਲੋਕ ਰਾਏ ਟੀ ਵੀ ਦੇ ਨਾਲ ਧੰਨਵਾਦ